ਚੜ੍ਹਦੇ ਪੰਜਾਬ ਦੇ ਸਿੱਖ ਭਰਾ ਪਾਕਿਸਤਾਨ ਦੇ ਪੰਜਾਬ ਵਾਸਤੇ ਕੀ ਗੱਲਾਂ ਸੋਚਦੇ ਆ, ਇੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ, ਇੱਥੋਂ ਦੇ ਪੰਜਾਬੀ ਯਾਨੀ ਕਿ ਪਾਕਿਸਤਾਨ ਦੇ ਪੰਜਾਬੀਆਂ ਵਾਸਤੇ ਕੀ ਸੋਚਦੇ ਆ, ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਵੇਖਾਂਗੇ। ਵੀਡੀਓ ਬੜੀ ਹੀ ਮਜ਼ੇਦਾਰ ਹੈ। ਬਿਲਕੁਲ ਜੀ, ਬੜੀ ਮਜ਼ੇਦਾਰ ਵੀਡੀਓ ਹੈ। ਸਿੱਖ ਭਰਾਵਾਂ ਨੇ ਪਾਕਿਸਤਾਨੀ ਪੰਜਾਬ ਦੇ ਬਾਰੇ ਆਪਣੇ ਖਿਆਲਾਂ ਦਾ ਇਜ਼ਹਾਰ ਜਿਹੜਾ ਕਿੰਨਾ ਅਲਫਾਜ਼ਾਂ ਦੇ ਵਿੱਚ ਕੀਤਾ, ਅੱਜ ਆਪਣੀ ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ। ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ, ਵੀਡੀਓ ਨੂੰ ਸ਼ੁਰੂ ਤੋਂ ਲਾ ਕੇ ਐਂਡ ਤੱਕ ਲਾਜ਼ਮੀ ਦੇਖਿਓ। ਚਲੋ ਜੀ, ਪਹਿਲਾਂ ਵੀਡੀਓ ਦੇਖਦੇ ਹਾਂ, ਫਿਰ ਕਰਦੇ ਹਾਂ ਰਿਐਕਸ਼ਨ। ਗੋ। ਪਾਕਿਸਤਾਨ ਆਉਣ ਤੋਂ ਪਹਿਲਾਂ ਸਾਡੇ ਅੜੋਸ ਪੜੋਸ ਦੇ ਵਾਤਾਵਰਨ ਨੇ ਸਾਨੂੰ ਬਹੁਤ ਡਰਾਇਆ ਸੀ ਕਿ ਪਾਕਿਸਤਾਨ ਗਿਆ ਬੰਦਾ ਵਾਪਸ ਕਰਮਾਂ ਵਾਲਾ ਵਾਪਸ ਆਉਂਦਾ। ਲੇਕਿਨ ਇੱਥੇ ਆ ਕੇ ਜੋ ਪਾਕਿਸਤਾਨ ਨੇ ਸਾਨੂੰ ਪਿਆਰ ਦਿਖਾਇਆ, ਪ੍ਰਸ਼ਾਸਨ ਨੇ, ਆਵਾਮ ਨੇ, ਔਰ ਇੱਥੋਂ ਦੀ SGPC ਜੋ ਪੀ ਹੈ, ਪਾਕਿਸਤਾਨ SGPC ਦੇ ਸਹਿਯੋਗ ਨੇ ਸਾਨੂੰ ਮੋਹ ਲਿਆ। ਫੋਰਸਿਸ ਅਸੀਂ ਸੌਂਦੇ ਹਾਂ ਔਰ ਸਾਡੀ ਤੁਹਾਡੀਆਂ ਫੋਰਸਿਸ ਰਾਤ ਪਰ ਜਗਦੀਆਂ। ਤੁਸੀਂ ਉਹਨਾਂ ਨੂੰ ਡਿਊਟੀ ਕਰਦੇ ਨਹੀਂ ਦੇਖਦੇ, ਪਰ ਅਸੀਂ ਡਿਊਟੀ ਕਰਦੇ ਦੇਖਦੇ ਹਾਂ ਕਿ ਉਹ ਇੱਕ ਝਬੱਕੀ ਵੀ ਨਹੀਂ ਲਾਉਂਦੇ। ਕਾਸ਼ ਕਿਤੇ ਉਹਨਾਂ ਨੂੰ ਪਤਾ ਨਹੀਂ ਕਿਹੋ ਜਿਹੀ ਡਿਊਟੀ ਦਿੱਤੀ ਗਈ ਹੈ ਕਿ ਆਏ ਹੋਏ ਗੈਸਟਾਂ ਦੇ ਉੱਪਰ ਕੋਈ ਮੁਸੀਬਤ ਨਾ ਆਵੇ। ਇਸ ਤੋਂ ਅਸੀਂ ਇੰਨੇ ਪ੍ਰਭਾਵਿਤ ਹੋ ਕੇ ਚੱਲੇ ਹਾਂ ਕਿ ਸਾਡੇ ਉੱਥੋਂ ਦੇ ਲੋਕ ਝੂਠ ਮਾਰਦੇ ਨੇ। ਪਾਕਿਸਤਾਨ ਅਜਿਹਾ ਨਹੀਂ, ਇੱਥੇ ਐਸਾ ਵਾਤਾਵਰਨ ਹੈ। ਅੱਲਾਹ ਅੱਗੇ ਅਰਦਾਸ ਹੈ ਕਿ ਤੁਹਾਡਾ ਜੂਠਾ ਅਸੀਂ ਛਕਲੀਏ ਤੇ ਤੁਹਾਡੇ ਜਿੰਨਾ ਸਬਰ ਸੰਤੋਖ ਪਿਆਰ ਜੇ ਤੁਹਾਡੀ ਜ਼ਬਾਨ ਚੋਂ ਟਪਕਦਾ ਉਹ ਸਾਡੇ ਚੋਂ ਵੀ ਟਪਕਣ ਲੱਗ ਪਾ। ਪਾਕਿਸਤਾਨ ਜ਼ਿੰਦਾਬਾਦ। ਇੰਡੀਆ ਤੋਂ ਸ਼ੇਰ ਦੇ ਰਹੇ ਦੱਸਦਾ ਜੀ, ਪਿੰਡ ਭੋਏਵਾਲੀ, ਤਹਿਸੀਲ ਅਜਨਾਲਾ ਹੈ, ਜ਼ਿਲ੍ਹਾ ਅੰਮ੍ਰਿਤਸਰ, ਗੁਰੂ ਦਾ ਦੁਆਰਾ ਹੈ। ਕਿੰਨੀ ਦੇਰ ਹੋ ਗਈ ਇੱਥੇ ਤੇ ਇੰਡੀਆ ਦੇ? ਭਾਜੀ ਲਗਭਗ 5-5.5 ਸਾਲ ਹੋ ਗਏ। 5-5.5 ਸਾਲ ਸਟਿਲ ਸਟਰਗਲਿੰਗ ਵੀਜ਼ਾ ਤੇ ਆਏ। ਤੇ ਤੁਸੀਂ ਕੀ ਡਿਫਰੈਂਸ ਮਹਿਸੂਸ ਕਰਦੇ ਹੋ ਪੰਜਾਬ 'ਚ ਤੇ ਇੱਥੇ ਰਹਿਣ 'ਚ? ਭਾਜੀ ਡਿਫਰੈਂਸ ਤਾਂ ਬਹੁਤ ਵਧੀਆ ਵਾ ਇੱਥੇ, ਮਤਲਬ ਕਿ ਬਹੁਤ ਵਧੀਆ ਪਲੇਟਫਾਰਮ ਹੈ ਤੁਹਾਨੂੰ, ਮਤਲਬ ਤੁਸੀਂ ਆਪਣੇ ਆਪ ਨੂੰ ਸ਼ੋਅ ਕਰ ਸਕਦੇ ਹੋ, ਜੋ ਤੁਸੀਂ ਕੰਮ ਕਰ ਸਕਦੇ ਹੋ, ਤੁਹਾਨੂੰ ਮਿਹਨਤ ਤੋਂ ਵੱਧ ਮੁੱਲ ਮਿਲ ਸਕਦਾ ਵਾ ਉੱਥੇ। ਫਸਟ ਆਫ ਆਲ ਤਾਂ ਉੱਥੇ ਓਪਰਚੁਨਿਟੀ ਮਿਲਣੀ ਔਖੀ ਹੈ ਨਾ, ਜੇ ਮਿਲ ਵੀ ਜਾਂਦੀ ਆ ਤਾਂ ਸਾਡੇ ਕੋਲ ਕੀ ਹੈ ਜੱਟਾਂ ਦੇ ਕੋਲ? ਉਹੀ ਆ ਖੇਤੀ ਵੀ, ਖੇਤੀ 'ਚ ਤੂੜੀ ਅਤੇ ਡੰਗਰਾ ਜ਼ਰੂਰੀ, ਇਹ ਦੋ ਚੀਜ਼ਾਂ ਪਾਈਦੀਆਂ ਉੱਥੇ। ਅਤੇ ਇੰਡੀਆ ਪਾਕਿਸਤਾਨ ਦਾ ਮੈਚ ਹੋ ਰਿਹਾ, ਹਾਂਜੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਭਾਜੀ ਮੈਚ ਵਧੀਆ ਹੋਣਾ ਚਾਹੀਦਾ ਵਾ, ਕਿਉਂਕਿ ਇਹਨਾਂ ਨਾਲ ਮਤਲਬ ਆਪਸ ਵਿੱਚ ਮਾਹੌਲ ਵਧੀਆ ਰਹਿੰਦਾ ਵਾ, ਫਰੈਂਡ ਸਰਕਲ ਬਣਦਾ ਵੱਧਦਾ ਵਾ ਹੈ ਨਾ। ਬਟ ਇਹ ਆ ਕਿ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਕਿ ਸ਼ਰਤਾਂ ਲੱਗ ਜਾਣ ਕਿ ਪਾਕਿਸਤਾਨ ਇੱਦਾਂ ਵਾ, ਕਿਉਂਕਿ ਉਹ ਵੀ ਤਾਂ ਅਕਸਰ ਮਤਲਬ ਪੁਰਾਣਾ ਪੰਜਾਬ ਅਤੇ ਨਵਾਂ ਪੰਜਾਬ ਆ, ਕੋਈ ਜ਼ਿਆਦਾ ਫਰਕ ਤਾਂ ਨਹੀਂ ਹੈਗਾ। ਬਸ ਇਹ ਜਿਹੜਾ ਮੈਚ ਹੈ ਅਸ ਤੋਂ ਸਾਈਡ 'ਤੇ ਹੋ ਕੇ ਹੋਣਾ ਚਾਹੀਦਾ ਵਾ। ਮੈਚ ਵੇਖ ਰਹੇ ਹੋ, ਕੀ ਇੰਤਜ਼ਾਮ ਕੀਤੇ ਮੈਚ ਵੇਖਣ? ਦੇਖੋ ਮੈਚ ਜੇ ਤਾਂ ਜੋਬ ਨਾ ਹੋਈ ਤਾਂ ਦੇਖਾਂਗੇ, ਮੈਚ ਨੇ ਕੀ ਦੇਣਾ। ਸਹੀ ਬਾਤ ਹੈ। ਅੰਕਲ ਜੀ ਤੁਸੀਂ ਕਿੱਥੋਂ ਦੇ ਹੋ? ਅੰਮ੍ਰਿਤਸਰ ਅਜਨਾਲਾ। ਤੁਸੀਂ ਸ਼ੇਅਰ ਗਾ ਕੇ ਦੱਸੋਗੇ ਕਿ ਨਹੀਂ? ਮੈਂ ਐਸੇ ਦੱਸ ਸਕਦਾ। ਕਿੰਨੀ ਦੇਰ ਹੋ ਗਈ ਇੱਥੇ? ਮੈਂ ਟੂਰਿਸਟ 'ਤੇ ਆਇਆ, ਘੁੰਮਣ 3-4 ਮਹੀਨੇ ਹੋ ਗਏ। ਅੱਛਾ ਅੱਛਾ, ਵਾਹ। ਤੇ ਕਿਹੋ ਜਿਹਾ ਲੱਗਿਆ ਆਸਟ੍ਰੇਲੀਆ? ਬਹੁਤ ਵਧੀਆ, ਬਹੁਤ ਵਧੀਆ। ਤੇ ਕਿਹੜੀ ਤੁਸੀਂ ਸਮਝਦੇ ਹੋ ਜਿਹੜੀ ਚੀਜ਼ ਪੰਜਾਬ 'ਚ ਲੱਭ ਸਕੀ ਇੱਥੇ ਨਹੀਂ ਲੱਭ ਸਕੀ? ਉਹ ਵਿਰਸਾ ਆਪਣਾ, ਆਪਣਾ ਵਿਰਸਾ ਹੈ, ਵਿਰਸਾ ਹੈ, ਉਹ ਪੰਜਾਬ 'ਚ ਲੱਭ ਸਕਦਾ, ਇੱਥੇ ਕਦੀ ਨਹੀਂ ਲੱਭ ਸਕਦਾ। ਜਿੰਨੇ ਮਰਜ਼ੀ ਪੈਸੇ ਲਾ ਲਓ, ਜੋ ਮਰਜ਼ੀ ਵਿਰਸਾ ਪੰਜਾਬ 'ਚ, ਬਾਕੀ ਸਫਾਈ ਪੱਖੋਂ ਜਾਂ ਪ੍ਰੋਗਰੈਸ ਪੱਖੋਂ ਬਹੁਤ ਐਡਵਾਂਸ। ਇੱਥੇ ਤਾਂ ਲੋਕ ਇਹ ਸੋਚਦੇ ਨਾ, ਇੱਕ ਮੈਂ ਹੋਰ ਸ਼ੇਅਰ ਸੁਣਾ ਦਿੰਦਾ ਕਿ ਲੋਕ ਸੋਚਦੇ ਵਿੱਚ ਪ੍ਰਦੇਸ਼ਾਂ ਦੇ ਜਾਂ ਨਿੱਜਰ ਹੁਣੀ ਮੌਜਾਂ ਕਰਦੇ ਨੇ, ਮੌਤ ਨਾਲੋਂ ਜੋ ਬੁਰਾ ਵਿਛੋੜਾ ਹੁੰਦਾ ਉਹ ਵੀ ਹੱਸ ਹੱਸ ਕੇ ਅਸੀਂ ਜਰਦੇ ਹਾਂ, ਉਹ ਵੀ ਹੱਸ ਹੱਸ ਕੇ ਅਸੀਂ ਜਰਦੇ ਹਾਂ। ਸਾਨੂੰ ਨਾ ਆਪਣੇ ਲਾਹੌਰ ਵਾਲੇ 2-3 ਜਗ੍ਹਾ ਮਿਲੇ, ਬਹੁਤ ਵਧੀਆ ਲੱਗੇ। ਫਿਜੀ ਵੀ ਮਿਲੇ ਸੀ ਇੱਕ ਦਿਨ, ਇੱਥੇ ਸਿਟੀ 'ਚ ਅਸੀਂ ਆਏ, ਉੱਧਰ ਵੀ ਮਿਲੇ ਸੀ, ਕਹਿੰਦੇ ਅਸੀਂ ਲਾਹੌਰ ਤੋਂ, ਮੈਂ ਅਸੀਂ ਅੰਮ੍ਰਿਤਸਰ ਤੋਂ, ਬਹੁਤ ਮਜ਼ਾ ਆਇਆ ਮੈਨੂੰ ਤੁਹਾਡੇ ਨਾਲ, ਮਜ਼ਾ ਹੀ। ਮੈਂ ਆਪਣਾਪਣ 'ਚ ਬੰਦਾ ਖੁੱਲ੍ਹ ਕੇ ਗੱਲ ਕਰਦਾ ਨਾ, ਨਾ ਚ ਹੋਰਿਆਂ ਨਾਲ ਕਰ ਸਕਦਾ ਜਿੰਨੀ ਤੁਹਾਡੇ ਨਾਲ ਗੱਲ ਹੁੰਦਾ, ਉਹ ਆਪੋ ਵਿੱਚ ਗੱਲ ਜ਼ਿਆਦਾ ਮਜ਼ਾ ਆਉਂਦਾ। ਬਹੁਤ ਮਜ਼ਾ, ਮੇਰੇ ਬਹੁਤ ਸਾਰੇ ਦੋਸਤ ਨੇ ਪੰਜਾਬ, ਹੋਰ ਕੁਛ ਦੋਸਤ ਮੇਰੇ ਨਾਲ ਕੰਮ ਵੀ ਕਰਦੇ ਨੇ ਪੰਜਾਬੀ, ਬਹੁਤ ਮਜ਼ਾ ਆਉਂਦਾ ਤੁਹਾਡੀਆਂ ਪੰਜਾਬੀਆਂ ਫਿਲਮਾਂ। ਓਏ ਹੋਏ ਹੋਏ, ਭਾਅ ਜੀ ਕੈਮਰਾ ਚੱਲਦਾ ਕਿ ਬੰਦ ਹੈ? ਭਲਾ ਫਿਰ ਠੀਕ, ਕਿਉਂਕਿ ਕਈ ਵਾਰੀ ਕੈਮਰਾ ਨਹੀਂ ਨਾ ਚੱਲਦਾ ਹੁੰਦਾ, ਚੱਲਦਾ ਫਿਰ ਤੁਹਾਡਾ ਸ਼ੇਅਰ ਮਜ਼ਾ ਨਹੀਂ ਜਾਣ ਦਿੰਦਾ।
नुसरत फतेह अली खान है पाकिस्तान तो ही है ना, पर सब तो ज्यादा मैं लगता पंजाब तो बाद कितने मशहूर नहीं होने। हाँ जी, तुहानू तो खैर पता पता कि नहीं पता, बट साडे मतलब कि कल्ले कल्ला मतलब बहुत बहुत ही तगड़े फैन उन्होंने। नुसरत अली दे ते अकरम राही दे, अकरम राही दे बड़ा मजा आता मैंने सुन के। हाँ हाँ ਤੁਹਾਡੇ ਉਹ ਬੜੇ ਮਸ਼ਹੂਰ ਆ ਜਿਹੜੇ ਨਹੀਂ ਹੁੰਦੇ ਆ ਆ ਨਸੀਬ ਲਾਲ ਦਾ ਫੈਨ ਉਹ ਜਿਹੜੇ ਪੰਜਾਬੀ ਦੀ ਉਹ ਜਿਹੜਾ ਨਸੀਬੋ ਦਾ ਗਾਣਾ ਨਾ ਸਾਡੇ ਲੇਖ ਲਿਖੇ ਨੇ ਕੱਚੀ ਪੈਨਸਲ ਦੇ ਨਾਲ ਬੜਾ ਮਜ਼ਾ ਆਉਂਦਾ ਗਾਣਾ ਸੁਣਨ ਦਾ। ਸਹੀ ਗੱਲ ਹੈ, ਉਹ ਬੜਾ ਹਿੱਟ ਗਾਣਾ ਜਿਹਾ ਆ ਉੱਥੇ ਮਜ਼ਾ ਆ ਜਾਂਦਾ ਗਾਣਾ ਸੁਣਦੇ। ਮੈਂ ਇਹ ਕਰਕੇ ਜਿਹੜੇ ਨੇ ਉਹ ਨਵੇਂ ਆ ਗਏ ਨੇ ਹੁਣ ਡੀਜੇ ਚੱਲਦਾ ਹੈ ਉਹ ਨਹੀਂ ਬਸ ਉਹੀ ਕੱਚੀ ਪੈਨਸਲ ਦਾ ਫਾਇਦਾ ਇਹਨਾਂ ਨੂੰ ਮੰਡੇ ਕੇ ਆਪੇ ਲਿਖ ਲਿਆ। ਜਿੱਥੇ ਬਾਬੇ ਜਨਮ ਲਿਆ ਕਰਾਂ ਸਜਦਾ ਉਸ ਸਥਾਨ ਨੂੰ, ਮੈਂ ਮੁਰਦਾਬਾਦ ਨਹੀਂ ਕਹਿ ਸਕਦਾ ਕਦੇ ਵੀ ਪਾਕਿਸਤਾਨ ਨੂੰ। ਵਾਕਿਆ ਯਾਰ ਬਹੁਤ ਮਜ਼ਾ ਆਇਆ ਵੀਡੀਓ ਦੇਖ ਕੇ ਯਾਰ। ਯਾਰ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਸਿੱਖ ਮੁਸਲਿਮ ਭਾਈਚਾਰਾ ਜ਼ਿੰਦਾਬਾਦ। ਜ਼ਿੰਦਾਬਾਦ ਜੀ ਜ਼ਿੰਦਾਬਾਦ। ਪੰਜਾਬ ਵੱਖਰਾ ਹੋ ਗਿਆ ਪਰ ਦਿਲ ਵੱਖਰੇ ਨਹੀਂ ਹੋਏ। ਦਿਲ ਵੱਖਰੇ ਨਹੀਂ ਹੋਏ, ਦਿਲ ਹਈਏ ਵੀ ਸਾਂਝੇ ਹੈ। ਇੰਜੀ ਹੈ ਉਹ ਸਾਡੇ ਸਿੰਗਰਾਂ ਨੂੰ ਸੁਣਦੇ, ਅਸੀਂ ਉਹਨਾਂ ਦੇ ਸਿੰਗਰਾਂ ਨੂੰ ਸੁਣਦੇ ਹਾਂ। ਆਹੋ, ਅਸੀਂ ਉਹਨਾਂ ਦੀਆਂ ਬਿਲਕੁਲ ਜਿਹੜੀਆਂ ਪੰਜਾਬੀ ਫਿਲਮਾਂ ਵੇਖਦੇ ਹਾਂ ਉਹ ਸਾਡੀਆਂ ਪੰਜਾਬੀ ਫਿਲਮਾਂ ਵੇਖਦੇ ਹੈ। ਬਿਲਕੁਲ ਜੀ, ਇੰਨਾ ਪਿਆਰ ਯਾਰ। ਦੇਖੋ ਜੀ, ਕੋਈ ਉਹਨਾਂ ਦਾ ਇਸ ਪਾਕਿਸਤਾਨ ਦੇ ਖਿਲਾਫ਼ ਕੋਈ ਗੱਲ ਕਰਨ ਦੇ ਵਿੱਚ ਰਾਜ਼ੀ ਨਹੀਂ ਹੈ। ਰਾਜ਼ੀ ਨਹੀਂ, ਹਰ ਇੱਕ ਪਿਆਰ ਕਰਦਾ, ਹਰ ਇੱਕ ਪਿਆਰ ਕਰਦਾ। ਔਰ ਸਲੂਟ ਹੈ ਜਨਾਬ ਤੁਹਾਡੇ ਪਿਆਰ ਨੂੰ। ਸਲੂਟ ਹੈ ਜੀ, ਸਲੂਟ ਹੈ ਭਾਈ ਸਾਹਿਬ। ਔਰ ਸਾਡੇ ਵੱਲੋਂ ਵੀ ਤੁਹਾਨੂੰ ਜਦੋਂ ਵੀ ਆਓਗੇ, ਸਭ ਤੋਂ ਪਹਿਲਾਂ ਤਾਂ ਸਰਦਾਰ ਜੀ ਨੇ ਕਿਹਾ ਵੀ ਇੱਥੇ ਜਿਹੜੇ ਆਉਂਦੇ ਨਾ ਸਿੱਖ ਯਾਤਰੀ ਤੇ ਉਹ ਡਰਾਇਆ ਜਾਂਦਾ ਵੀ ਭਾਈ ਕਰਮਾਲਾ ਹੀ ਹੁੰਦਾ ਜਿਹੜਾ ਵਾਪਸ ਆਉਂਦਾ। ਵਾਪਸ ਆਉਂਦਾ ਲੇਕਿਨ ਅਸੀਂ ਕੋਈ ਗੱਲ ਨਹੀਂ, ਇੱਥੋਂ ਦੇ ਲੋਕ ਬੜੇ ਪਿਆਰ ਕਰਨ ਵਾਲੇ ਲੋਕ ਹੈ, ਬੜੇ ਪਿਆਰ ਕਰਨ ਵਾਲੇ, ਬੜੇ ਮਿਲਣਸਾਰ ਮਹਿਮਾਨ ਨਵਾਜ਼ ਲੋਕ ਨੇ। ਤੁਸੀਂ ਆਓ, ਇਨਸ਼ਾ ਅੱਲਾਹ ਤਾਲਾ ਤੁਹਾਨੂੰ ਪਤਾ ਚੱਲੇਗਾ ਕਿ ਕਿੰਨਾ ਪਿਆਰ ਮਿਲਦਾ ਤੁਹਾਨੂੰ। ਖਾਸ ਕਰਕੇ ਨਾ ਪੰਜਾਬ ਦੇ, ਭਾਵੇਂ ਇੰਡੀਆ ਦੇ ਪੰਜਾਬ ਚੱਲ ਜਾਓ ਜਾਂ ਪਾਕਿਸਤਾਨ ਦੇ ਪੰਜਾਬ ਆ ਜਾਓ, ਤੇ ਯਾਰ ਬਹੁਤ ਹੀ ਪਿਆਰੇ ਲੋਕ ਆ, ਪਿਆਰ ਕਰਨ ਵਾਲੇ ਆ, ਮਹਿਮਾਨ ਨਵਾਜ਼ ਨੇ। ਅਹਿਮਦ ਵੀਡੀਓ ਦੇ ਵਿੱਚ ਹੁਣ ਤੇ ਅਸੀਂ ਦੇਖ ਕੇ ਆਏ ਆ, ਇਸ ਤੋਂ ਬਾਅਦ ਪਿਆਰ ਕਰਨ ਵਾਲੇ ਲੋਕ ਹੋ ਸਕਦੇ ਕੋਈ ਹੋਰ? ਨਹੀਂ ਯਾਰ, ਬੜੇ ਖੁੱਲੇ ਦਿਲ ਦੇ, ਬੜੇ ਪਿਆਰ ਕਰਨ ਵਾਲੇ। ਅਗਰ ਕਿਸੇ ਨੇ ਪਿਆਰ ਦੀ ਮਿਸਾਲ ਦੇਣੀ ਆ ਨਾ ਯਾਰ, ਤੇ ਇੰਡੀਆ ਦੇ ਪੰਜਾਬ ਦੇ ਲੋਕਾਂ ਦੀ ਤੇ ਪਾਕਿਸਤਾਨ ਦੇ ਪੰਜਾਬ ਦੇ ਲੋਕਾਂ ਦੀ ਦੇਣੀ ਚਾਹੀਦੀ ਹੈ। ਜ਼ਿੰਦਾ ਦਿਲ ਲੋਕ, ਜ਼ਿੰਦਾ ਦਿਲ ਲੋਕ ਨੇ। ਬਿਲਕੁਲ ਜੀ ਬਿਲਕੁਲ, ਬੜੇ ਖੁੱਲੇ ਦਿਲ ਨਾਲ ਹਰ ਪੰਜਾਬੀ ਭਰਾ ਜਿਹੜਾ ਇੱਕ ਦੂਸਰੇ ਨੂੰ ਮਿਲਦਾ, ਆਹੋ ਵਿਦਆਊਟ ਮਜ਼ਹਬ ਨੂੰ ਵਿੱਚ ਰੱਖਿਆ, ਯਾਨੀ ਕਿ ਖੁਸ਼ ਦਿਲੀ ਦੇ ਨਾਲ ਇੱਕ ਦੂਸਰੇ ਦੀ ਜਿਹੜੀ ਮਦਦ ਕਰਦਾ। ਹੁਣ ਵੇਖ ਲਾ, ਆਸਟ੍ਰੇਲੀਆ ਦੇ ਵਿੱਚ ਸੀਗੇ, ਉੱਥੇ ਮਿਲੇ ਤੇ ਇਸ ਤਰ੍ਹਾਂ ਲੱਗਣ ਦੇ ਜਿਸ ਤਰ੍ਹਾਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਜਾਣਦੇ ਯਾਰ। ਉਹ ਬਜ਼ੁਰਗ ਜਿਹੜੇ ਸੀ ਨਾ, ਉਹ ਮੈਨੂੰ ਬੜੇ ਸ਼ੁਗਲੀ ਲੱਗੇ ਯਾਰ, ਬੜੇ ਕਮਾਲ ਦੇ, ਬੜੇ ਸ਼ੁਗਲੀ, ਬੜੇ ਸ਼ੁਗਲੀ ਸੀ। ਔਰ ਹਜੇ ਵੀ ਵੇਖ ਲਾ ਕਿ ਉਹਨਾਂ ਦੀ ਏਜ ਕਾਫੀ ਹੋ ਗਈ ਸੀ, ਲੇਕਿਨ ਹਜੇ ਵੀ ਬਿਲਕੁਲ ਐਕਟਿਵ ਜਿਸ ਤਰ੍ਹਾਂ ਯੰਗ ਹੁੰਦੇ ਹੈ। ਪੰਜਾਬ ਦੇ ਲੋਕਾਂ ਦੀ ਖਾਸੀਅਤ ਹੈ ਯਾਰ, ਖੁਸ਼ ਰਹਿੰਦੇ ਹੈ ਨਾ, ਖੁਸ਼ ਰਹਿੰਦੇ ਤੇ ਖੁਸ਼ੀ ਦੇ ਨਾਲ ਉਹਨਾਂ ਦਾ ਉਹਨਾਂ ਨੂੰ ਉਹਨਾਂ ਦਾ ਬੁਢਾਪਾ ਨਹੀਂ ਆਇਆ, ਬੁਢਾਪਾ ਨਹੀਂ। ਅਗਰ ਕੋਈ ਪਾਕਿਸਤਾਨ ਆਉਣਾ ਚਾਹੁੰਦਾ ਹੈ ਤੇ ਦਿਲ ਖੋਲ ਕੇ ਆਵੇ ਸਰ। ਹਾਂਜੀ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੈ, ਬਹੁਤ ਹੀ ਅੱਛੇ ਲੋਕ ਹੈ ਇੱਥੋਂ ਦੇ। ਹਾਂ, ਇੰਜੀ ਹੈ। ਔਰ ਇੱਕ ਇੱਥੇ ਛੋਟਾ ਜਿਹਾ ਵਾਕਿਆ ਤੁਹਾਨੂੰ ਸੁਣਾਉਣਾ ਚਾਹਾਂਗਾ। ਇੱਕ ਪਿੰਡ ਦੇ ਬਾਹਰ ਨਾ ਇੱਕ ਬਜ਼ੁਰਗ ਬੈਠਿਆ। ਅੱਛਾ, ਠੀਕ ਹੋ ਗਿਆ। ਤੇ ਉੱਥੇ ਇੱਕ ਬੰਦਾ ਆਇਆ, ਬੰਦਾ ਆ ਕੇ ਪੁੱਛਦਾ ਕਿ ਬਾਬਾ ਆ ਜਿਹੜੇ ਪਿੰਡ ਦੇ ਬਾਹਰ ਤੂੰ ਬੈਠਾ, ਇੱਥੋਂ ਤਾਂ ਲੋਕ ਖਿੱਚਦੇ ਆ। ਤੇ ਬਾਬਾ ਅੱਗੋਂ ਉਹਨੂੰ ਪੁੱਛਦਾ ਕਿ ਜਿਹੜੇ ਪਿੰਡੋਂ ਤੂੰ ਆਇਆ ਉੱਥੋਂ ਦੇ ਲੋਕ ਖਿੱਚਦੇ ਆ। ਅੱਛਾ, ਕਹਿੰਦਾ ਉੱਥੋਂ ਦੇ ਲੋਕ ਤੇ ਬੜੇ ਬੁਰੇ ਸੀ। ਹਾਂ, ਤੇ ਬਾਬਾ ਕਹਿੰਦਾ ਕਿ ਇੱਥੋਂ ਦੇ ਲੋਕ ਵੀ ਬੜੇ ਬੁਰੇ ਆ। ਸਹੀ ਹੈ। ਇੱਕ ਆਦਮੀ ਲਾਗੇ ਖਲੋਤਾ ਸਾਰਾ ਵਾਕਾ ਵੇਖਦਿਆ ਸੀ। ਇੱਕ ਹੋਰ ਆਦਮੀ ਆਉਂਦਾ ਥੋੜੀ ਦੇਰ ਬਾਅਦ, ਉਹ ਆ ਕੇ ਪੁੱਛਦਾ ਕਿ ਬਾਬਾ ਆ ਜਿਹੜੇ ਪਿੰਡ ਦੇ ਬਾਹਰ ਤੂੰ ਬੈਠਾ ਹੈ ਪਿੰਡ ਦੇ ਲੋਕ ਖਿੱਚਦੇ? ਬਾਬਾ ਉਹ ਜਵਾਬ ਦਿੰਦਾ ਕਿ ਇੱਥੋਂ ਦੇ ਪਿੰਡ ਦੇ ਲੋਕ ਜਿਹੜੇ ਜਿੱਥੋਂ ਤੂੰ ਆਇਆ ਉਸ ਪਿੰਡ ਦੇ ਲੋਕ ਖਿੱਚਦੇ, ਉੱਥੋਂ ਦੇ ਕਿਵੇਂ ਦੇ ਆ? ਤੇ ਉਹ ਕਹਿੰਦਾ ਬਹੁਤ ਅੱਛੇ ਸੀ, ਬੜੇ ਮਿਲਣਸਾਰ ਸੀ, ਬੜੀਆਂ ਤਾਰੀਫਾਂ ਕੀਤੀਆਂ। ਤੇ ਬਾਬਾ ਕਹਿੰਦਾ ਇੱਥੋਂ ਦੇ ਲੋਕ ਵੀ ਖਿੱਚਦੇ। ਬਾਬੇ ਨੇ ਅੱਗੋ ਜਵਾਬ ਦਿੱਤਾ ਕਿ ਜਿਵੇਂ ਦੇ ਲੋਕ ਤੁਸੀਂ ਜੇ ਨਾ ਉਵੇਂ ਦੇ ਲੋਕ ਹੈ। ਇਹ ਅਸਲ ਦੇ ਵਿੱਚ ਜਿਹੜੀ ਅਛਾਈ ਤੁਸੀਂ ਬਿਆਨ ਕਰ ਰਹੇ ਜੇ ਨਾ, ਇਹ ਅਸੀਂ ਅੱਛੇ ਤੇ ਹੈ ਕਿ ਨਹੀਂ ਹੈ, ਲੇਕਿਨ ਇਹ ਤੁਹਾਡੀ ਅਛਾਈ ਹੈ, ਇਹ ਤੁਹਾਡੀ ਅਛਾਈ ਹੈ। ਔਰ ਅਸੀਂ ਤੁਹਾਨੂੰ ਚੰਗਾ ਕਹਿ ਰਹੇ ਹਾਂ,
ਉਹਦੇ ਨਾਲ ਕਹਿੰਦਾ ਇਹ ਤੁਹਾਡੀ ਉਚਾਈ ਹੈ ਠੀਕ ਹੋ ਗਿਆ ਔਰ ਤੁਸੀਂ ਸਾਨੂੰ ਚੰਗਾ ਕਹਿ ਰਹੇ ਇਹ ਦੋਵਾਂ ਦੀ ਉਚਾਈ ਹੈ ਭਾਈ ਸਾਹਿਬ ਔਰ ਯਕੀਨ ਜਾਨੋ ਬੜਾ ਹੀ ਦਿਲ ਖੁਸ਼ ਹੋਇਆ ਵੀਡੀਓ ਦੇਖ ਕੇ ਵਧੀਆ ਲੱਗਾ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਹਾਂ ਦਿਓ ਜੀ ਇਜਾਜ਼ਤ ਮਿਲਦੀ ਨੈਕਸਟ ਵੀਡੀਓ ਤੇ ਅਗਰ ਤੁਸੀਂ ਕਿਸੇ ਵੀਡੀਓ ਤੇ ਰਿਐਕਸ਼ਨ ਕਰਵਾਉਣਾ ਚਾਹੁੰਦੇ ਜੇ ਲਿੰਕ ਸਾਡੇ ਨਾਲ ਲਾਜ਼ਮੀ ਸ਼ੇਅਰ ਕਰੋ ਹਾਂਜੀ ਗੁੱਡ ਬਾਏ ਗੁੱਡ ਬਾਏ।